ਹਾਂਜੀ ਗਾਇਜ਼, ਵੈਲਕਮ ਬੈਕ ਟੂ ਮਾਈ ਨਿਊ ਬਲੌਗ। ਅਤੇ ਮੈਂ ਆਪਣੇ ਮੋਟਰਸਾਈਕਲ ਉੱਤੇ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਚੱਲਾਂ ਮੱਥਾ ਟੇਕਣ। ਤੁਹਾਨੂੰ ਬਲੌਗ ਵਧੀਆ ਲੱਗਿਆ ਤਾਂ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ। ਆਪਾਂ ਆਪਣੇ ਕਲੋਨੀ ਤੋਂ ਬਾਹਰ ਨਿਕਲ ਆਏ ਹੋਏ ਹਾਂ ਅਤੇ ਨਾਲ ਸਨਰਾਈਜ਼ ਸਕੂਲ ਸਰਪੰਚ ਕਲੋਨੀ, ਅਤੇ ਆਪਾਂ ਹੁਣ ਨੀਚੇ ਨੂੰ ਜਾਵਾਂਗੇ ਚੜ੍ਹਾਈ ਤੋਂ। ਉਸ ਤੋਂ ਬਾਅਦ ਰੋਡ ਦੇ ਉੱਤੇ ਤੁਹਾਨੂੰ ਥੋੜ੍ਹਾ ਜਿਹਾ ਦਿਖਾਉਂਦੇ ਹਾਂ ਵਿਊ ਵਗੈਰਾ ਅਤੇ ਆਪਣਾ ਅਤੇ ਗਾਇਜ਼ ਆਪਾਂ ਪੈਟਰੋਲ ਪੰਪ 'ਤੇ ਪਹੁੰਚ ਚੁੱਕੇ ਹਾਂ। ਥੋੜ੍ਹੀ ਜਿਹੀ ਮੈਂ ਵੀਡੀਓ ਗਾਇਜ਼ ਥੋੜ੍ਹੀ ਜਿਹੀ ਫਾਸਟ ਕਰਤੀ ਆ ਕਿਉਂਕਿ ਲੰਬੀ ਬਹੁਤ ਹੋ ਜਾਣੀ ਸੀਗੀ ਵੀਡੀਓ ਵੀ। ਅਤੇ ਆਪਾਂ ਪੈਟਰੋਲ ਪਵਾ ਲਿਆ, ਪੈਟਰੋਲ ਪਾ ਕੇ ਆਪਾਂ ਨਿਕਲਦੇ ਹਾਂ ਰੋਡ 'ਤੇ। ਅਤੇ ਗਾਇਜ਼ ਚੰਡੀਗੜ੍ਹ ਰੋਡ ਆ ਲੁਧਿਆਣੇ ਦਾ, ਵੈਸੇ ਤਾਂ ਇਨਕੇਸ ਜਿਹੜੇ ਰਹਿੰਦੇ ਉਹਨਾਂ ਨੂੰ ਤਾਂ ਪਤਾ ਹੀ ਆ, ਅਤੇ ਜਿਹੜੇ ਨਹੀਂ ਰਹਿੰਦੇ ਉਹਨਾਂ ਨੂੰ ਦੱਸ ਦਈਏ। ਚੰਡੀਗੜ੍ਹ ਰੋਡ ਤੋਂ ਆਪਾਂ ਸਮਰਾਲਾ ਚੌਂਕ ਜਾਵਾਂਗੇ, ਸਮਰਾਲਾ ਚੌਂਕ ਤੋਂ ਬਾਅਦ ਜਿੱਦਾਂ ਸਿੱਧਾ ਫਲਾਈਓਵਰ ਜਾਂਦੇ ਆ ਮਾਡਲ ਟਾਊਨ ਵੱਲ ਨੂੰ। ਅਤੇ ਗਾਇਜ਼ ਮੈਂ ਮੂੰਹ 'ਤੇ ਮਾਸਕ ਕਵਰ ਲਾਇਆ ਹੋਇਆ, ਅਤੇ ਐਕਚੁਅਲੀ ਮੱਖੀਆਂ ਮੱਛਰ ਬਹੁਤ ਹੁੰਦੇ ਆ ਰੋਡ ਦੇ ਉੱਤੇ, ਬਰਸਾਤੀ ਮੌਸਮ ਆ ਇਹਦੇ ਕਰਕੇ। ਅਤੇ ਗਾਇਜ਼ ਆਪਾਂ ਮਾਡਲ ਟਾਊਨ ਦੇ ਕੋਲ ਪਹੁੰਚ ਗਏ ਹੋਏ ਹਾਂ। ਇਹ ਫਲਾਈਓਵਰ ਆ ਗਿੱਲ ਰੋਡ ਦੇ ਉੱਪਰ ਵਾਲਾ। ਅਤੇ ਗਾਇਜ਼ ਆਪਾਂ ਮਾਡਲ ਟਾਊਨ ਪਹੁੰਚ ਕੇ ਗੁਰਦੁਆਰੇ ਦੇ ਬਾਹਰ ਪ੍ਰਸ਼ਾਦ ਲੈ ਲਿਆ, ਆਪਾਂ ਪ੍ਰਸ਼ਾਦ ਚੜ੍ਹਾਵਾਂਗੇ ਅੰਦਰ ਮੱਥਾ ਟੇਕ ਕੇ। ਅਤੇ ਤੁਹਾਨੂੰ ਮੈਂ ਹੁਕਮਨਾਮਾ ਦਿਖਾਉਂਦਾ। ਠੀਕ ਹੈ, ਗੁਰਦੁਆਰਾ ਸਾਹਿਬ ਆ ਮਾਡਲ ਟਾਊਨ ਦੇ ਸਾਹਮਣੇ, ਇੱਕ ਦੋ ਗੁਰਦੁਆਰਾ ਸਾਹਿਬ ਆ, ਇੱਕ ਬਾਬਾ ਬੁੱਢਾ ਜੀ ਦਾ ਅਤੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ। ਹੁਕਮਨਾਮਾ ਗਾਇਜ਼ ਆਪਾਂ ਪਾਠ ਕਰਕੇ ਮੱਥਾ ਟੇਕ ਕੇ ਬਾਹਰ ਆ ਗਏ ਹੋਏ ਹਾਂ, ਅਤੇ ਬਾਹਰੋਂ ਵਿਊ ਗੁਰਦੁਆਰੇ ਦਾ ਆਪਾਂ ਪਾਰਕਿੰਗ ਜਾਂਦੇ ਹਾਂ। ਪਾਰਕਿੰਗ ਆਪਾਂ ਨੂੰ ਮੋਟਰਸਾਈਕਲ ਲਾਇਆ ਸੀਗਾ, ਅਤੇ ਲੰਗਰ ਹਾਲ ਜਿਹੜੀ ਅਜੇ ਸੇਵਾ ਚੱਲਦੀ ਪਈ ਆ। ਅਤੇ ਗਾਇਜ਼ ਧੁੱਪ ਇੰਨੀ ਜ਼ਿਆਦਾ ਵਾ, ਸੀਟ ਪੂਰੀ ਗਰਮ ਹੋ ਗਈ ਹੋਣੀ ਆ, ਅਤੇ ਮਾਸਕ ਵੀ। ਜਿਵੇਂ ਆਪਾਂ ਮੋਟਰਸਾਈਕਲ ਸਟਾਰਟ ਕਰ ਲਿਆ, ਨਿਕਲਦੇ ਹਾਂ ਮਾਡਲ ਟਾਊਨ ਤੋਂ ਬਾਹਰ। ਅਤੇ ਗਾਇਜ਼ ਆਪਾਂ ਰਸਤੇ ਜਾ ਰਹੇ ਸੀਗੇ ਅਤੇ ਬੱਸ ਸਟੈਂਡ ਦੇ ਕੋਲ, ਉੱਥੇ ਆਪਾਂ ਨੂੰ ਗੱਡੀ ਦਿਖੀ 0008 ਨੰਬਰ ਮੂਸੇਆਲਾ ਬਾਈ। ਅਤੇ ਇਹ ਨੰਬਰ ਦੇਖ ਕੇ ਯਾਦ ਆ ਜਾਂਦੀ ਉਸ ਬੰਦੇ ਦੀ, ਚੋਬਰ ਦੀ ਆਪਾਂ ਨੂੰ। ਅਤੇ ਨੰਬਰ ਵੀ ਵਧੀਆ ਸੀਗਾ, PB10 0008, ਗੱਡੀ ਵੀ ਫੋਰਚੂਨਰ ਆ ਸੇਮ, ਮਤਲਬ ਕਿ ਚਲੋ ਨੰਬਰ ਤਾਂ ਖਰਾ ਹੀ ਆ, ਗੱਡੀ ਵੀ ਬਹੁਤ ਖਰੀ ਆ। ਅਤੇ ਗਾਇਜ਼ ਆਪਾਂ ਮਾਰਕੀਟ 'ਚੋਂ ਬਾਹਰ ਆ ਗਏ ਹਾਂ, ਬਾਈਕਸ ਮਾਰਕੀਟ ਇੱਥੇ। ਇਹ ਬੱਸ ਸਟੈਂਡ ਤੋਂ ਥੱਲੇ ਪੁੱਲ ਉੱਤਰ ਦਾ ਵਾ, ਆਪਾਂ ਕ੍ਰੋਸ ਕਰਕੇ ਪਾਸਪੋਰਟ ਦਫ਼ਤਰ ਦੇ ਕੋਲ ਆ ਗਏ ਹੋਏ ਹਾਂ। ਅਤੇ ਬੱਸ ਸਟੈਂਡ ਦੇ ਨਾਲ ਬਿਲਕੁਲ ਪਾਸਪੋਰਟ ਦਫ਼ਤਰ ਆ, ਜੇ ਕੋਈ ਕਿਸੇ ਨੇ ਆਉਣਾ ਤਾਂ ਨਾ ਬੱਸ ਸਟੈਂਡ ਪੁੱਛ ਕੇ ਆ ਜਾਵੇ। ਅਤੇ ਆਪਾਂ ਪਹੁੰਚ ਕੇ ਸਮਰਾਲਾ ਚੌਂਕ, ਅਤੇ ਆ ਮੈਂ ਤੁਹਾਨੂੰ ਕੈਮਰਾ ਮਾਰਦਾ ਇੱਧਰਲੇ ਪਾਸੇ ਆਪਣਾ ਮਤਲਬ ਟ੍ਰਾਂਸਪੋਰਟ ਨਗਰ ਆ ਵਾਲੇ ਪਾਸੇ, ਇੱਧਰਲੇ ਪਾਸੇ ਟ੍ਰਾਂਸਪੋਰਟ ਨਗਰ ਜਾਂਦਾ ਵਾ, ਇਹ ਗੇਲ ਰੋਡ ਪੈ ਜਾਂਦਾ। ਅਤੇ ਬਾਕੀ ਚਲੋ, ਅਤੇ ਗਾਇਜ਼ ਆਪਾਂ ਆਪਣਾ ਵਲੌਗ ਜਿਹੜਾ ਵਾ ਯੂਟਿਊਬ 'ਤੇ ਵੀ ਪਾਵਾਂਗੇ, ਅਤੇ ਤੁਸੀਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ PS ਵਲੌਗ, ਅਤੇ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ।